ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਜ ਆਪਾਂ ਸਿੰਪਲ ਸਲਵਾਰ ਕਟਿੰਗ ਕਰਾਂਗੇ ਬੈਲਟ ਵਾਲੀ। ਹਾਂਜੀ, ਚੈਨਲ ਨੂੰ ਸਬਸਕ੍ਰਾਈਬ ਔਰ ਬੈੱਲ ਆਈਕਨ ਜ਼ਰੂਰ ਪ੍ਰੈੱਸ ਕਰਿਓ। ਠੀਕ ਹੈ ਜੀ, ਕਮੈਂਟ ਕਰਕੇ ਜਦੋਂ ਦੱਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ। ਲਓ ਜੀ, ਆਪਾਂ ਹੁਣ ਕੱਪੜਾ ਰੱਖ ਲਿਆ। ਕੱਪੜਾ ਆਪਾਂ ਇਹ ਕੰਨੀਆਂ ਦੋਨੇ ਇੱਕ ਪਾਸੇ ਇਕੱਠੀਆਂ ਕਰ ਲਿਆ। ਠੀਕ ਹੈ ਜੀ। ਹਾਂਜੀ, ਲੰਬਾਈ ਸਲਵਾਰ ਦੀ ਹੈਗੀ ਹੈ 37 ਇੰਚ। ਆਪਾਂ 3 ਇੰਚ ਇਸਨੂੰ ਵੱਧ ਰੱਖਾਂਗੇ ਕਟਾਈ ਲਈ। ਹਾਂਜੀ, ਇਹ ਹੋ ਗਈ ਆਪਣੀ 40 ਇੰਚ। ਠੀਕ ਹੈ ਜੀ, 40 ਇੰਚ ਦੇ ਹਿਸਾਬ ਨਾਲ ਆਪਾਂ ਕਟਾਈ ਕਰਾਂਗੇ। ਹੁਣ 40 ਵਿੱਚੋਂ ਆਪਾਂ 7 ਇੰਚ ਆਪਾਂ ਬੈਲਟ ਘਟਾ ਦਾਂਗੇ। ਠੀਕ ਹੈ ਜੀ, ਬੈਲਟ ਘਟਾ ਕੇ ਆਪਣੇ 33 ਇੰਚ ਜਿਹੜੀ ਆਪਣੇ ਪੱਲੇ ਔਰ ਕੁੰਦੇ 33 ਇੰਚ ਕਟਾਈ ਹੋਣਗੇ। ਠੀਕ ਹੈ ਜੀ, ਕੋਈ ਵੀ ਸਲਵਾਰ ਆ ਤੁਸੀਂ 3 ਇੰਚ ਵੱਧ ਲੈ ਕੇ ਫਿਰ ਉਸਦੀ ਕਟਾਈ ਕਰਨੀ ਆ। ਹਾਂਜੀ, 7 ਵਿੱਚ ਆਪਾਂ ਨੇ 2 ਇੰਚ ਆਪਾਂ ਮੂਰੀ ਦਾ ਮਾਰਜਨ ਦੇਣਾ ਆ। 9 ਇੰਚ ਆਪਾਂ ਜਿਹੜੀ ਮੂਰੀ ਦੀ ਕਟਾਈ ਕਰਾਂਗੇ 9 ਇੰਚ ਦੇ ਹਿਸਾਬ ਨਾਲ। ਹਾਂਜੀ, ਲੰਬਾਈ ਹੁਣ ਆਪਾਂ ਪੱਲਿਆਂ ਦੇ ਰੱਖ ਲਈ ਪਹਿਲਾਂ 33 ਇੰਚ। ਠੀਕ ਹੈ ਜੀ, ਹੁਣ ਆਪਾਂ ਰੱਖਾਂਗੇ ਪੌਂਚਾ। ਪੌਂਚ ਦਾ ਮਾਰਜਨ ਆਪਾਂ ਇੱਕ ਦੇਣਾ ਕੁੰਦਿਆਂ ਵਿੱਚ, ਇੱਕ ਮਾਰਜਨ ਆਪਾਂ ਪੱਲਿਆਂ ਵਿੱਚ। ਠੀਕ ਹੈ ਜੀ, 14 ਇੰਚ ਦੇ ਹਿਸਾਬ ਨਾਲ ਆਪਾਂ 7 ਇੰਚ ਮੂਰੀ ਬਣੂਗੀ ਪੱਲਿਆਂ ਦੀ, 14 ਇੰਚ ਚੌੜਾਈ ਆਪਾਂ ਪੱਲਿਆਂ ਦੀ ਰੱਖਾਂਗੇ। ਠੀਕ ਹੈ ਜੀ, ਉਹਨੂੰ ਗੋਡੇ ਕਹਿ ਦਿੰਦੇ ਨੇ। ਠੀਕ ਹੈ ਜੀ, ਇਹਦੇ ਪਰ ਆਪਣੇ 7 ਇੰਚ ਮੂਰੀ ਬਣੂਗੀ। ਲਓ ਜੀ, 14 ਇੰਚ ਦੇ ਹਿਸਾਬ ਨਾਲ ਆਪਾਂ ਇਹ ਪੱਲੇ ਪਹਿਲਾਂ ਉਤਾਰ ਲੈਣੇ ਆ। ਠੀਕ ਹੈ ਜੀ, ਹੁਣ ਆਪਾਂ ਕੱਪੜੇ ਨੂੰ ਡਬਲ ਕਰ ਲਾਂਗੇ। ਲਓ ਜੀ, 33 ਇੰਚ ਲੰਬਾਈ ਹੋ ਗਈ, 14 ਇੰਚ ਚੌੜਾਈ ਹੋ ਗਈ। ਲਓ ਜੀ, ਇੱਦਾਂ ਇਹ 7 ਇੰਚ ਆਪਣੀ ਮੂਰੀ ਬਣੂਗੀ ਇਹਦੇ ਉੱਪਰ। ਠੀਕ ਹੈ ਜੀ, ਲਓ ਜੀ 7 ਇੰਚ ਆਪਣੀ ਇਹਦੇ ਪਰ ਮੂਰੀ ਜਿਹੜੀ ਤਿਆਰ ਹੋਊਗੀ, ਔਰ 2 ਇੰਚ ਮਾਰਜਨ ਜਿਹੜਾ ਆਪਾਂ ਉਹ ਕੁੰਦਿਆਂ ਵਿੱਚ ਦੇਵਾਂਗੇ। ਲਓ ਜੀ, ਜਿਹੜਾ ਆਪਣਾ ਕੱਪੜਾ ਇਹ ਸਾਈਡ 'ਤੇ ਬਚ ਗਿਆ ਉਹ ਆਪਣੇ 7 ਇੰਚ ਦਾ ਬੈਲਟ ਲਈ ਆਪਣਾ ਕੱਪੜਾ ਜਿਹੜਾ ਵਿੱਚੋਂ ਨਿਕਲ ਜਾਣਾ। ਠੀਕ ਹੈ ਜੀ, ਸਾਈਡ ਤੋਂ ਆਪਾਂ ਬੈਲਟ ਉਤਾਰ ਲਾਂਗੇ। ਲਓ ਜੀ, ਕੱਪੜਾ ਆਪਾਂ ਉਤਾਰ ਦਾਂਗੇ ਸਾਂਝ ਇਕੱਠਾ ਹੀ। ਹਾਂਜੀ, ਲਓ ਜੀ ਪੱਲੇ ਆਪਣੇ ਕੱਟੇ ਗਏ ਔਰ ਸਾਈਡ ਤੋਂ ਆਪਣੀ ਇੱਕ ਸਾਈਡ ਤੋਂ ਬੈਲਟ ਨਿਕਲ ਗਈ। ਹੈਲੋ, ਠੀਕ ਹੈ ਜੀ, ਪੱਲੇ ਕਟਾਈ ਕਰਕੇ ਆਪਾਂ ਹੁਣ ਕੱਟਾਂਗੇ ਕੁੰਦੇ। ਲਓ ਜੀ, ਕੱਪੜਾ ਆਪਾਂ ਰੱਖ ਲਿਆ, ਕੱਪੜਾ ਉਸ ਦਾ ਆਪਾਂ ਫੇਰ ਰੱਖ ਲੈਣਾ ਆ। ਲੰਬਾਈ 33 ਇੰਚ ਕਟਾਈ। ਠੀਕ ਹੈ ਜੀ, ਹਾਂਜੀ, ਹੁਣ ਆਪਾਂ 2 ਇੰਚ ਮੂਰੀ ਇੱਥੇ ਰੱਖ ਲਾਂਗੇ। ਠੀਕ ਹੈ ਜੀ, 7 ਆਪਣੀ ਉੱਧਰ ਹੋ ਗਈ, 2 ਇੱਥੇ ਹੋ ਗਈ, 9 ਇੰਚ ਮਾਰਜਨ ਜਿਹੜਾ ਆਪਣਾ ਮੂਰੀ ਦੇ ਵਿੱਚ ਆ ਗਿਆ। ਹਾਂਜੀ, ਠੀਕ ਹੈ ਜੀ, ਹਾਂਜੀ, ਹੁਣ ਆਪਾਂ ਰੱਖਾਂਗੇ ਆਸਣ। ਠੀਕ ਹੈ ਜੀ, ਆਸਣ ਆਪਣਾ ਜਿਹੜਾ ਆ 7 ਇੰਚ ਆਪਣਾ ਆਪਾਂ ਬੈਲਟ ਰੱਖੀ ਆ। ਠੀਕ ਹੈ ਜੀ, 5 ਇੰਚ ਆਪਣਾ ਬੈਲਟ ਵਿੱਚ ਰਹਿ ਜਾਣਾ ਆਸਣ, ਔਰ ਆਪਣਾ 9 ਇੰਚ ਆਪਾਂ ਇਹਦੇ ਵਿੱਚ ਕੱਟਣਾ ਆ ਕੁੰਦਿਆਂ ਵਿੱਚ। ਠੀਕ ਹੈ ਜੀ,
1 ਇੰਚ ਆਪਾਂ ਮਾਰਜਨ ਦੇਵਾਂਗੇ ਕੁੰਦਿਆਂ 'ਚ, 10 ਇੰਚ ਆਪਾਂ ਜਿਹੜਾ ਆਸਣ ਦੇ ਕੁੰਦਿਆਂ ਪਰ ਕਟਾਈ ਕਰਾਂਗੇ। ਲਓ ਜੀ 5 ਆਪਣਾ ਬੈਲਟ ਵਿੱਚ ਹੋ ਗਿਆ, ਠੀਕ ਹੈ ਜੀ, 9 ਆਪਣਾ ਕੁੰਦਿਆਂ ਵਿੱਚ ਹੋ ਗਿਆ, 9 ਔਰ 5 ਆਪਣਾ 14 ਇੰਚ ਜਿਹੜਾ ਆਸਣ ਆਪਣਾ ਰੈਡੀ ਰਹਿ ਜੂਗਾ। ਲਓ ਜੀ ਆਪਾਂ ਇੱਦਾਂ ਮੂਹਰੀ ਦੇ ਨਿਸ਼ਾਨ ਤੋਂ ਆਸਣ ਦੇ ਨਿਸ਼ਾਨ ਨਾਲ ਆਪਾਂ ਫਿਰ ਇਹਨੂੰ ਮੈਚ ਕਰ ਦੇਣਾ ਆ। ਲਓ ਜੀ ਠੀਕ ਹੈ ਜੀ, ਲਓ ਕਟਾਈ ਕਰਤਾ, ਇਹ ਆਪਣੇ 2 ਕੁੰਦੇ ਨਿਕਲ ਗਏ, ਠੀਕ ਹੈ ਜੀ, ਡਬਲ। ਹੁਣ ਦੂਜੇ ਆਪਾਂ ਇਸਦੇ ਉੱਪਰ ਰੱਖ ਕੇ ਫਿਰ ਇੱਦਾਂ ਕੱਢਾਂਗੇ। ਲਓ ਜੀ ਹਾਂਜੀ, ਮੋਰੀ ਵਾਲਾ ਆਪਣਾ ਆਸਣ ਆ ਗਿਆ, ਜਿਹੜਾ ਆਪਾਂ ਵੱਧ ਕੱਪੜਾ ਵਧੇ ਸੀ ਆਪਾਂ ਕੱਟਤਾ, ਇੱਦਾਂ ਆਸਣ ਵਾਲਾ ਜਿਹੜਾ ਵਧੇ ਸੀ ਆਪਣਾ ਉਹ ਆਪਾਂ ਕਟਾਈ ਕਰ ਦੇਣਾ ਹੈ। ਮੂਹਰੀ ਰੱਖ ਕੇ ਆਪਾਂ 2 ਇੰਚ ਦੇ ਹਿਸਾਬ ਨਾਲ, ਲਓ ਜੀ ਜਿਹੜਾ ਉੱਪਰ ਕੱਪੜਾ ਵਧਿਆ ਸੀ ਆਪਾਂ ਉਹ ਵੀ ਕਟਾਈ ਕਰਤਾ, ਠੀਕ ਹੈ ਜੀ। ਇਹ ਆਪਣੀ 2.25 ਮੀਟਰ ਵਿੱਚ ਆਪਣੀ ਸਲਵਾਰ ਜਿਹੜੀ ਰੈਡੀ ਹੋਈ ਆ। ਲਓ ਜੀ ਇਹ ਵਿੱਚੋਂ ਕਟਾਈ ਕਰਤੀ ਆਪਾਂ ਨੀਚੇ ਵਾਲੇ ਕੁੰਦੇ ਦੀ। ਹਾਂਜੀ ਹੁਣ ਆਪਾਂ ਬੈਲਟ ਕਟਾਈ ਕਰਾਂਗੇ, ਠੀਕ ਹੈ ਜੀ, 2 ਪੱਲੇ ਉੱਪਰ, 2 ਵਾਲੇ ਨੀਚੇ, ਠੀਕ ਹੈ ਜੀ, ਚਾਰੋਂ ਆਪਣੇ ਇਹ ਕੁੰਦੇ ਕੱਟ ਕੇ ਰੈਡੀ ਨੇ। ਹਾਂਜੀ ਹੁਣ ਬੈਲਟ ਰੱਖ ਲਈ ਆਪਾਂ ਨੇ, ਬੈਲਟ ਆਪਾਂ ਰੱਖਣੀ ਆ 7 ਇੰਚ ਲੰਬਾਈ, ਠੀਕ ਹੈ ਜੀ, ਚੌੜਾਈ ਰੱਖਣੀ ਆਪਾਂ ਨੇ 24 ਇੰਚ ਆਪਾਂ ਤਿਆਰ ਰੱਖਣੀ ਆ, ਆਪਾਂ 25 ਕੱਟ ਲਾਂਗੇ। ਜਿਹੜੇ ਵੀ ਤੁਸੀਂ ਸਲਵਾਰ ਤੁਸੀਂ ਕੱਟਣੀ ਆ ਉਹਨੂੰ ਆਪਾਂ 3 ਇੰਚ ਵੱਧ ਰੱਖ ਕੇ, ਠੀਕ ਹੈ ਜੀ, ਉਹ 'ਚੋਂ 7 ਇੰਚ ਬੈਲਟ ਘਟਾ ਕੇ ਬਾਕੀ ਦੀ ਕਟਾਈ ਫਿਰ ਹੋਣੀ ਆ। ਇਸੇ ਤਰ੍ਹਾਂ ਆਪਾਂ 3 ਇੰਚ ਆਸਣ ਵੱਧ ਰੱਖਾਂਗੇ, ਠੀਕ ਹੈ ਜੀ, 2 ਇੰਚ ਮਾਰਜਨ ਆਪਾਂ ਨੇ ਦੇਣਾ ਆਸਣ ਨੂੰ ਬੈਲਟ ਵਿੱਚ, 1 ਇੰਚ ਮਾਰਜਨ ਆਪਾਂ ਦੇਣਾ ਆ ਕੁੰਦਿਆਂ ਵਿੱਚ ਆਸਣ ਨੂੰ। ਬਿਲਕੁਲ ਸੌਖੇ ਤਰੀਕੇ ਨਾਲ ਸਲਵਾਰ ਕਟਾਈ ਹੋਊਗੀ।